अगर आपने हमारे चैनल को सब्सक्राइब नहीं किया है तो इसे सब्सक्राइब कर लें। बठिंडा जिले में पढ़ते बिजली मंत्री गुरप्रीत सिंह के गांव टांगड़ में हंगामा। कांग्रेस वर्कर और अकाली वर्कर भिड़े, दो अकाली वर्कर जख्मी। पूर्व मंत्री सिकंदर सिंह मलूका की गाड़ी पर भी किया हमला, जख्मियों को रामपुरा लाया गया। तीन चार पिंड साढ़े ज्यादा सेंसिटिव सीगे, जिन्हां नूं असीं 2 महीने हो गए सारे इलैक्शन कमीशन नूं, दिल्ली भी, पंजाब भी, DC भी, SSP भी, सब नूं लिख के देता सी। जिहड़ा हुण ऑब्जर्वर आया उहनूं भी देता सी, सारा दसता सी फोन करके कि साढ़े आ 3 पिंडां दा ज़्यादा सानूं प्रॉब्लम है। वो कहिंदे बेफिक्र हो जी, सेंसिटिव डिकलेयर करते, इत्थे सारा कुछ साढ़े इंतजाम मुकम्मल ने। अज तड़के 2-3 घंटे तां पोलिंग होएगी वधिया। ਜਦੋਂ ਉਹਨਾਂ ਨੂੰ ਲੱਗਿਆ ਕਿ ਸਾਡੇ ਆਸ ਦੇ ਮੁਤਾਬਕ ਵੋਟਾਂ ਅਕਾਲੀ ਦਲ ਨੂੰ ਜ਼ਿਆਦਾ ਪੈ ਰਹੀਆਂ ਨੇ, ਅਤੇ ਉਹਨਾਂ ਨੇ ਫਿਰ ਸਾਡੇ ਦੋਨੇ ਏਜੰਟ ਜਿਹੜੇ ਸੀ ਉਹਨਾਂ ਨੂੰ ਕੁੱਟ ਕੇ ਪੂਰਾ ਸਿਰ ਪਾੜ ਕੇ ਕਮਰੇ ਦੇ ਵਿੱਚ ਬੰਦ ਕਰਤਾ। ਹਸਪਤਾਲ 'ਚ ਹੈਗੇ, ਤੁਸੀਂ ਦੇਖ ਲਓ। ਅਤੇ ਕੁੰਡਾ ਲਾ ਕੇ ਅਤੇ ਪੋਲਿੰਗ 'ਤੇ ਆਪੇ ਹੀ ਮੋਹਰਾਂ ਲਾ ਕੇ ਵੋਟਾਂ ਪਾਉਣ ਲੱਗ ਗਏ। ਫਿਰ ਮੈਨੂੰ ਪਿੰਡੋਂ ਉਹਨਾਂ ਨੇ ਫੋਨ ਕੀਤਾ ਜੀ ਸਾਡੇ ਤਾਂ ਹਾਲਤ ਹੋ ਗਈ ਹੈ ਜ਼ਿਆਦਾ, ਅਸੀਂ ਥੋੜ੍ਹੇ ਹਾਂ, ਅਤੇ ਤੁਸੀਂ ਆਓ, ਸਾਡੇ ਬੰਦੇ ਵੀ ਅੰਦਰ ਜ਼ਖਮੀ ਆ, ਉਹਨਾਂ ਨੂੰ ਲਿਜਾਣ ਨਹੀਂ ਦਿੰਦੇ ਹਸਪਤਾਲ। ਅਤੇ ਮੈਂ ਜਦੋਂ ਆ ਕੇ ਫਿਰ ਉੱਥੇ ਹਸਪਤਾਲ ਦੇ ਮੈਂ ਆ ਕੇ ਜਦੋਂ ਕਮਰੇ ਦੇ ਵਿੱਚੋਂ ਕੱਢੇ ਜੀ ਉਹ ਦੋਨੇ ਬੰਦੇ ਜ਼ਖਮੀ, ਜਿਹੜੇ ਕਮਰੇ ਦੇ ਵਿੱਚੋਂ ਕੱਢੇ, ਕਮਰੇ 'ਚੋਂ ਕੱਢ ਕੇ, ਅਤੇ ਜਦੋਂ ਮੈਂ ਲੈ ਕੇ ਆਉਣ ਲੱਗਿਆ ਇੱਧਰ ਨੂੰ, ਮੇਰੀ ਗੱਡੀ 'ਤੇ ਵੀ ਹਮਲਾ ਕਰਤਾ। ਗੱਡੀ ਤੁਸੀਂ ਵੇਖ ਲਓ ਖੜ੍ਹੀ ਹੈ ਬਾਹਰ, ਸ਼ੀਸਾ ਜਮ੍ਹਾਂ ਚੱਕਰਾਂ ਚੂਰ ਹੋ ਗਿਆ, ਉਹ ਤਾਂ ਸ਼ੀਸਾ ਹੀ ਵਾਲਾ ਤਕੜਾ ਸੀ, ਵਿੱਚ ਫਿਸ ਕੇ ਡਿੱਗਿਆ ਨਹੀਂ। ਅਤੇ ਉੱਥੋਂ ਫਿਰ ਉੱਥੇ DSP ਆ ਗਿਆ ਸੀ, ਇਹਨੇ ਰੌਲਾ ਬਹੁਤ ਪਈ ਗਿਆ, ਹੋਰ ਬੰਦੇ ਵੀ ਆ ਗਏ। ਅਤੇ ਉਦੋਂ ਬਾਅਦ ਫਿਰ DSP ਨੂੰ ਵੀ ਅਸੀਂ ਸਾਰਾ ਕੁਝ ਦਿਖਾਤਾ ਸੀ ਵੀ ਆਹ ਹੋਇਆ ਇੱਥੇ। ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਤੁਸੀਂ ਇਹ ਕੀ ਕਹਿੰਦੇ ਜੀ, ਬਾਹਲੇ ਬੰਦੇ ਸੀ ਤਾਂ ਭੱਜ ਕੇ ਡਰਦੇ, 3 ਕੁ ਬੰਦੇ ਸੀਗੇ ਪੰਜਾਬ ਪੁਲਿਸ ਦੇ, ਹੋਰ ਕੋਈ ਹੈ ਨਹੀਂ ਸੀ ਉੱਥੇ, ਬਾਹਰਲਾ ਕੋਈ ਬੰਦਾ ਨਹੀਂ ਸੀ, ਆਖਿਆ ਸੀ ਬਾਹਰਲੀ ਪੁਲਿਸ ਲਾਉਣ ਨੂੰ। ਅਤੇ ਉਦੋਂ ਬਾਅਦ ਬਜ਼ਰਬਰ ਸਾਨੂੰ ਰਸਤੇ 'ਚ ਮਿਲ ਗਿਆ ਸੀ ਆਉਂਦਿਆਂ ਨੂੰ ਭਾਈ ਰੂਪੇ ਕੋਲ, ਅਸੀਂ ਉਹਨੂੰ ਵੀ ਸਾਰਾ ਕੁਝ ਦਿਖਾਤਾ। ਉਹ ਵੀ ਕਹਿੰਦੇ ਸੀ ਮੈਂ ਜਾਣਾ ਕਾਂਗੜ ਪਿੰਡ, ਹੁਣ ਉਹਨਾਂ ਤਾਂ ਮੁਕੰਮਲ ਕਬਜ਼ਾ ਪੋਲਿੰਗ 'ਤੇ, ਅਸੀਂ ਚਾਹੁੰਦੇ ਹਾਂ ਇਹ ਤਾਂ ਫਾਇਦਾ ਨਹੀਂ, ਜਿਹੜੇ ਦੋਸ਼ੀ ਉਹਨਾਂ 'ਤੇ ਕਾਰਵਾਈ ਹੋਵੇ ਸਾਰਾ ਹਮਲਾ ਕਰਨ ਦੀ, ਬਾਕੀ ਨਾਲ ਜਿਹੜੇ ਹੈਗੇ ਉਹ ਰੀਪੋਲਿੰਗ ਹੋਣੀ ਚਾਹੀਦੀ ਉੱਥੇ। ਉਹ ਤਾਂ ਮਾਓ ਸੀ ਜੀ, ਗੜਾਸੇ, ਟੰਬੇ, ਸਭ ਕੁਛ ਉਹਨੇ ਹੱਥ 'ਚ, ਉਹ ਤਾਂ ਮੈਨੂੰ ਪਤਾ ਹੋਣੇ 50-60 ਬੰਦੇ ਘੱਟੋ ਘੱਟ ਜੀ, ਬਾਕੀ ਜ਼ਿਆਦਾ ਵੀ ਹੋ ਸਕਦੇ ਨੇ ਮੈਨੂੰ ਲੱਗਦਾ। ਹਾਂ, ਅਗਲਾ ਕਦਮ ਤਾਂ ਅਸੀਂ ਵੇਖਦੇ ਹਾਂ ਕੀ ਕਰਦੀ ਹੈ ਸਰਕਾਰ। ਅਸੀਂ ਆ ਪਹਿਲਾਂ ਤਾਂ ਜ਼ਖਮੀਆਂ ਦਾ ਇਲਾਜ ਕਰਾਉਂਦੇ, ਫਿਰ ਉਹਨਾਂ 'ਤੇ ਪਰਚਾ ਦਰਜ ਕਰਾਉਂਦੇ ਹਾਂ, ਅਤੇ ਅਸੀਂ ਕਹਿੰਦੇ ਰੀਪੋਲਿੰਗ ਕਰੋ, ਨਹੀਂ ਕਰਨੀ ਤਾਂ ਫਿਰ ਵੇਖਾਂਗੇ ਕੀ ਕਰਦੇ। ਦੋਨੇ ਪੋਲਿੰਗ ਏਜੰਟ ਜੀ, ਦੋਨੇ ਪੋਲਿੰਗ, ਇੱਕ ਦਾ ਨਾਂ ਸਰਬਜੀਤ ਹੈ, ਇੱਕ ਦਾ ਨਾਂ ਪਰਮਜੀਤ ਹੈ। ਪਰਮਜੀਤ ਸੋਹਾ ਤੋਂ ਹੀ ਪਹਿਲਾਂ ਤਾਂ ਹਾਲਾਤ ਸਾਡੇ ਪਿੰਡ ਦੇ ਤਕਰੀਬਨ ਅੱਜ ਤੱਕ ਮਾੜੇ ਰਹੇ ਹੈ, ਕੋਈ ਇਲੈਕਸ਼ਨ ਐਸੇ ਹੋਏ ਨਹੀਂ ਜਦੋਂ ਜਿਹੜਾ ਕੁਛ ਨਾ ਹੋਇਆ ਹੋਵੇ। ਪਰ ਅਸੀਂ ਪ੍ਰਸ਼ਾਸਨ ਨੂੰ ਵੀ ਵਾਰੀ ਵਾਰੀ ਅਪੀਲਾਂ ਕਰਦੇ ਸੀ ਪਰ ਕੁਛ ਸੁਣਵਾਈ ਨਹੀਂ। ਉਸ ਟਾਈਮ ਬਾਅਦ ਮੈਨੂੰ ਬ੍ਰਦਰ ਗਏ, ਇਹਨਾਂ ਨੂੰ ਉੱਥੇ ਹੀ ਬਾਥਰੂਮ ਕੋਲ ਸੁੱਟ ਲਿਆ। ਮੈਨੂੰ 5-7 ਮਿੰਟ ਬਾਅਦ ਮੈਨੂੰ ਪਤਾ ਲੱਗਿਆ ਵੀ ਆਹ ਗੱਲ ਹੋ ਰਹੀ ਹੈ। ਜਦੋਂ ਮੈਂ ਭੱਜ ਕੇ ਗਿਆ, ਉੱਪਰੋਂ ਮੇਰੇ ਵੀ ਮਾਰੀਆਂ ਗਈਆਂ, ਕੱਪੜੇ ਦੇ ਗਲਾਸ ਨੂੰ ਦਿੱਤੇ। ਕਿੰਨੇ ਜਾਣੇ ਸੀ? 10-15 ਜਾਣੇ ਸੀ। ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।